ਸਲਾਮ ਅਲੈਕੁਮ ਜੀ, ਕੈਸੇ ਹਾਂ ਸਾਹਿਬ? ਸ਼ੁਕਰ ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ। ਉਮੀਦ ਕਰਨਾ ਤੁਸੀਂ ਬਿਲਕੁਲ ਠੀਕ ਠਾਕ ਹੋ। ਅਤੇ ਅੱਜ ਇੰਨਾ ਮੰਜੇ ਅਤੇ ਘਰ ਵਗੈਰਾ ਜਿੰਨਾ ਸਭ ਕੁਝ ਜਿੰਨਾ ਧੋ ਦਿੱਤਾ, ਸਾਫ਼ ਸਫਾਈਆਂ ਜਿੰਨਾ ਕਰ ਦਿੱਤੀਆਂ ਨੇ, ਲੱਗੇ ਰਹੇ ਆ ਕਿਉਂਕਿ ਬਾਈ ਇਸਤਰੀ ਔਰਾਂ ਦਾ ਰੋਟੀ ਸਾਲਣ ਕਰਕੇ ਉਸ ਤੋਂ ਬਾਅਦ ਜਿਹੜਾ ਸਾਰਾ ਦਿਨ ਹੀ ਮੈਨੂੰ ਲੱਗਦਾ ਬਰਤਨ ਹੁੰਦਾ ਹੀ ਹੈ, ਕਿਉਂਕਿ ਚਾਹ ਚੂਹੀ ਦੇ ਦਿੱਤੀ ਆਈ ਅਤੇ ਦੂਸਰਾ ਰੋਟੀ ਵੀ ਦੇ ਦਿੱਤੀ ਜਾ ਕੇ ਲੈ ਲੈਂਦੇ ਆ। ਅਤੇ ਹਾਂਜੀ, ਬਰਤਨ ਲੈ ਚੱਲ ਤੁਸੀਂ ਵਿਲਾਗ ਬਣਾ ਅਤੇ ਮੰਜੇ ਜਿਹੜਾ ਟੋਟਲੀ ਸਾਰੇ ਜਿਹੜਾ ਬੁਰਸ਼ਨਾ ਨਾਲ ਰਗੜ ਰਗੜ ਕੇ ਜਿਹੜਾ ਬਿਲਕੁਲ ਹਾਂਜੀ ਚਮਕਾ ਦਿੱਤੇ ਹੈਗੇ ਨੇ। ਔਰ ਤੁਹਾਨੂੰ ਦਿਖਾਵਾਂਗੇ ਮਸਜਿਦ ਦਾ ਜਿੰਨਾ ਕਿੰਨਾ ਕੰਮ ਹੋ ਗਿਆ ਇਨਸ਼ਾਅੱਲਾ। ਬਾਕੀ ਸਾਰਾ ਦੇਸ਼ਾਂ ਨੂੰ ਮਸਜਿਦ ਵਿੱਚ ਪਹੁੰਚਿਆ, ਚਾਚੂ ਜੀ ਔਰ ਲੱਗੇ ਹੋਏ ਨੇ ਮਿੱਟੀ ਚੁੱਕਣ ਉੱਤੇ, ਜਿੰਨਾ ਛੱਤ 'ਤੇ ਪਹੁੰਚਾ ਰਹੇ ਨੇ ਔਰ ਇੱਥੋਂ ਜਿੰਨਾ ਮਿੱਟੀ ਚੁੱਕ ਰਹੇ ਨੇ। ਕੁਝ ਭੈਣ ਭਾਈ ਕਹਿਣਗੇ ਇੱਥੇ ਜਿੰਨਾ ਫਿਰ ਤੁਹਾਨੂੰ ਦੁਬਾਰਾ ਮਿੱਟੀ ਸੱਟਣੀ ਪੈਣੀ, ਲੇਕਿਨ ਜਿੰਨਾ ਐਸਾ ਨਹੀਂ ਹੋਵੇਗਾ ਕਿਉਂਕਿ ਇੱਥੇ ਜਿੰਨਾ ਚਾਚੂ ਜੀ ਨੇ ਫਰਸ਼ ਦਾ ਜਿੰਨਾ ਲੈਵਲ ਬਣਾਇਆ, ਇੱਥੇ ਚਾਚੂ ਰੋੜੀ ਪਾ ਦੇਵੇਗਾ ਫਿਰ ਉਵੇਂ ਇੱਟਾਂ ਹਾਂਜੀ ਕੁਟਾਈ ਕਰ ਦੇਵਣਗੇ ਅਤੇ ਫਰਸ਼ ਜਿੰਨਾ ਫਿਰ ਦੁਬਾਰਾ ਤੋਂ ਇਤਨਾ ਹੀ ਜਿੰਨਾ ਬਣ ਜਾਵੇਗਾ। ਇਸ ਵਜ੍ਹਾ ਚਾਚੂ ਜੀ ਹੋਰਾਂ ਨੇ ਸੋਚਿਆ ਜਿੰਨਾ ਇੱਥੋਂ ਮਿੱਟੀ ਚਾਹ ਲੈਂਦਾ ਛੱਤ ਦੇ ਉੱਤੇ ਪਹੁੰਚਾ ਦਿੰਦੇ। ਹਾਂਜੀ, ਸੀੜੀਆਂ ਚੜਿਆ ਮਸਜਿਦ ਦੀ ਛੱਤ, ਜਿੰਨਾ ਛੱਤ ਤਾਂ ਨਹੀਂ ਲੱਗਦਾ ਜਿਵੇਂ ਮੁਕੰਮਲ ਹੀ ਹੋ ਗਈ। ਹਾਂ, ਹੋਈ ਫਰੀ ਤਕਰੀਬਨ ਜਿੰਨਾ ਥੋੜ੍ਹੀ ਜਿਹੀ ਮਿੱਟੀ ਰਹਿੰਦੀ, ਬਾਕੀ ਜਿੰਨਾ ਸਾਰੀ ਮਿੱਟੀ ਜਿੰਨਾ ਉੱਤੇ ਰੱਖ ਦਿੱਤੀ ਨੇ। ਹਾਂ, ਉੱਤੋਂ ਜਿੰਨਾ ਚਾਚੂ ਜੀ ਉਹਦੀ ਮੁਕੰਮਲ ਕਰ ਰਹੇ ਨੇ, ਉੱਤੇ ਜਿੰਨਾ ਮਿੱਟੀ ਸਾੜ ਰਹੇ ਨੇ, ਉੱਥੋਂ ਚਾਚੂ ਜਿੰਨਾ ਬੱਠਲ ਬਾਰ ਬਾਰ ਖਿੱਚ ਦੇ ਰਹੇ ਨੇ ਅਤੇ ਅਸੀਂ ਜਿੰਨਾ ਮੋਟਰ ਚਲਾਣੀ। ਹਾਂ, ਮੋਟਰ ਦੀ ਮੋਟਰ ਲਿਖਾਂ ਇੱਕ ਰਿਆ ਵਿੱਚ ਸਿੱਧਾ ਫਿਰ ਦਾ ਕਾਰ। ਚਲੋ ਠੀਕ ਹੈ, ਚੁੱਕ ਕੇ ਅਤੇ ਇੱਧਰ ਰੱਖ ਰਿਹਾ ਕੁਝ ਜਿੰਨਾ ਬੋਰੀ 'ਚ ਭਰ ਕੇ ਅਤੇ ਫਿਰ ਜਿੰਨਾ ਇੱਥੇ ਆ ਕੇ ਸੱਟ ਰਹੇ ਨੇ ਅਤੇ ਕੁਝ ਅਗਰ ਰਹਿੰਦਾ ਤਾਂ ਉਹ ਜਿੰਨਾ ਹੱਥਾਂ 'ਚ ਫਸ ਕੇ ਜਿੰਨਾ ਉੱਧਰ ਰੱਖ ਰਿਹਾ।
ਇੱਥੇ ਜਿੰਨਾ ਬਣਾ ਦੇ ਐਂਡ ਪਹਿਲੇ ਲੋ ਇੱਥੇ ਔਰ ਕਿਚੂ ਬਾਰੂ ਬਾਰ ਬੜੀ ਮੋਟੀ ਹੈ ਯਾ ਕੂਏ ਪਈ ਆ ਆ ਸਾਹਮਣੇ ਲੇ ਕੂਏ ਪਈ ਸਾਹਮਣੇ ਕੂਏ ਤੇ ਇੱਥੇ ਦੇਤੀ ਹੈ ਇਹ ਸਿੱਧੇ ਦੀ ਖੜੀ ਹੈ ਗਾ ਵੱਡਾ ਕਾਲ ਲੈ ਲੈ ਬਾ ਠੀਕ ਹੈ ਬਾਕੀ ਬਚਾ ਆ ਬੁਲਾ ਗਿਆ ਇਹਨਾਂ ਤੇਰੀ ਵੀਡੀਓ ਸ਼ੇਅਰ ਕਰੀਏ ਹੀ ਆਇਓ ਮਾਰੀ ਚੋਕਲੇ ਇੱਥੇ ਜਿੰਨਾ ਥੋੜਾ ਬਹੁਤਾ ਰਹਿੰਦਾ ਹੈ ਉਹ ਜਿੰਨਾ ਚੋਕ ਲੈਣਾ ਇੱਥੇ ਜਿੰਨਾ ਤੇ ਤੂੰ ਵਾਗ ਜੰਨਾ ਹਾਂ ਜਿੰਨਾ ਤੇ ਜਾਸੇ ਹੋਰ ਥੋੜੇ ਜਿੰਨਾ ਕਿੰਨਾ ਬਾਕੀ 60 ਫੇਰ ਤੂੰ ਜਿੰਨਾ ਤੇ ਜਾਸੇ ਦੀ ਜਲਦੀ ਹੋ ਜੀ ਮੈਂ ਕੀ ਪੈਣਾ ਅੱਧੇ ਤੇ ਆ ਜਿਹੜੇ ਵੇਚ ਤੇ ਹੋ ਸਾਲ ਔਰ ਐਂਡ ਤੇ ਜਿੰਨਾ ਥੋੜ੍ਹੀ ਜਿਹੀ ਜਿੰਨਾ ਛੱਤ ਰਹਿੰਦੀ ਉਹ ਹੁਣ ਜਲਦੀ ਨੇ ਕੰਪਲੀਟ ਕਰ ਲਓ ਜੀ ਮੇਰੇ ਖਿਆਲ ਹੈ ਸਾਹ ਕੱਢਣ ਲੱਗ ਗਏ ਨੇ ਚਲੋ ਠੀਕ ਹਾਂ ਉਹ ਕੀ ਕਹਿੰਦੇ ਫਿਰ ਸਾਹ ਕੱਢਣਾ ਹੀ ਜ਼ਰੂਰੀ ਚਾਚੂ ਜੀ ਹੋਰੀ ਵੀ ਜਿੰਨਾ ਜਲਦੀ ਜਲਦੀ ਕੰਮ ਕਰ ਰਹੇ ਤੇ ਇਨਸ਼ਾਲਾ ਜਿੰਨਾ ਜਲਦੀ ਛੱਤ ਵੀ ਕੰਪਲੀਟ ਹੋ ਜਾਵੇਗੀ ਅਤੇ ਮਸਜਿਦ ਦੀ ਇਨਸ਼ਾਲਾ ਜਿੰਨਾ ਜਲਦੀ ਕੰਪਲੀਟ ਹੋ ਜਾਵੇਗੀ ਫਿਰ ਜਿੰਨਾ ਵਾਸ਼ਰੂਮ ਅਤੇ ਜਿੰਨਾ ਦੀਵਾਰ ਬਣਾਉਣੀ ਰਹਿ ਜਾਵੇਗੀ ਫਿਰ ਇਨਸ਼ਾਲਾ ਗੇਟ ਲਾ ਕੇ ਅਤੇ ਮਸਜਿਦ ਜਿੰਨਾ ਕੰਪਲੀਟ ਕਰ ਦੇਵਾਂਗੇ ਤੂੰ ਉੱਥੇ ਨਹੀਂ ਆਉਣ ਤੂੰ ਥੱਲੇ ਹੀ ਜਾਓ ਹਾਂਜੀ ਚਾਚੂ ਜੀ ਹੋਰਾਂ ਜਿੰਨਾ ਥਕਾਵਟ ਖਤਮ ਕੀਤੀ ਤਾਂ ਜਿੰਨਾ ਦੁਬਾਰਾ ਕੰਮ ਜਿੰਨਾ ਸ਼ੁਰੂ ਕਰ ਦਿੱਤਾ ਦੋ ਤਿੰਨ ਬੱਟਲ ਜਿੰਨਾ ਹੋਰ ਲੱਗਣਗੇ ਤਾਂ ਆਖਰੀ ਹਿੱਸਾ ਜਿੰਨਾ ਕੰਪਲੀਟ ਹੋ ਜਾਵੇਗਾ ਇਨਸ਼ਾਅੱਲਾ ਹਾਂਜੀ ਅਤੇ ਆਖਰੀ ਜਿੰਨਾ ਥੋੜ੍ਹੇ ਜਿਹੇ ਬੱਠਲ ਦੋ ਤਿੰਨ ਬੱਠਲ ਹੀ ਹੋਰ ਰਹਿੰਦੇ ਨੇ ਫਿਰ ਜਿੰਨਾ ਇਨਸ਼ਾਅੱਲਾ ਛੱਤ ਜਿੰਨਾ ਕੰਪਲੀਟ ਹੋ ਜਾਵੇਗਾ ਕੰਪਲੀਟ ਤਾਂ ਜਿੰਨਾ ਉੱਤੇ ਬਾਕੀ ਇੱਕ ਵਾਰੀ ਟੈਲਾਂ ਹੋਰ ਲੱਗਣਗੀਆਂ ਫਿਰ ਜਿੰਨਾ ਉੱਤੇ ਪਲਸਤਰ ਵਗੈਰਾ ਕਰਨ ਛੱਤ ਫਿਰ ਮੁਕੰਮਲ ਹੋ ਜਾਣੀ ਲੇਕਿਨ ਜਿੰਨਾ ਮਿੱਟੀ ਜਿੰਨਾ ਉਹ ਮੁਕੰਮਲ ਹੋ ਜਾਵੇ
ਮੈਂ ਜਿੰਨਾ ਇੱਥੇ ਉੱਤੇ ਹੀ ਬੈਠਾ ਤਾਂ ਕੁਝ ਜਿੰਨਾ ਕੁਝ ਬੱਚੇ ਥੱਲੇ ਜਿੰਨਾ ਕੰਮ ਵਗੈਰਾ ਕਰ ਰਹੇ ਨੇ, ਮੈਂ ਕਿ ਜਿੰਨਾ ਇੱਥੇ ਮੈਂ ਉੱਥੇ ਹੀ ਬੈਠ ਜਾਂਦਾ ਤੁਹਾਡੇ ਨਾਲ ਜਿੰਨਾ ਸ਼ੇਅਰ ਕਰਨਾ ਸਾਰਾ ਕੰਮ ਵਗੈਰਾ ਜੋ ਹੋ ਰਿਹਾ ਥੱਲੇ, ਮੈਂ ਜਿੰਨਾ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਹੈ। ਕਾਫੀ ਜਿੰਨਾ ਕਚਰਾ ਵਗੈਰਾ ਪਿਆ ਸੀ ਉਹ ਸਾਰੇ ਜਿੰਨਾ ਸਾਫ਼ ਕਰ ਦਿੱਤਾ, ਬਾਕੀ ਕੁਝ ਇੱਟਾਂ ਅੰਦਰ ਪਈਆਂ ਸੀ ਉਹ ਜਿੰਨਾ ਇੱਥੇ ਉੱਤੇ ਰੱਖ ਦਿੱਤੀਆਂ ਨੇ, ਅਤੇ ਬਾਕੀ ਥੋੜ੍ਹੇ ਜਿਹੇ ਬੱਠਲ ਦੋ ਤਿੰਨ ਹੋਰ ਲੱਗਣਗੇ ਅਤੇ ਇਨਸ਼ਾਅੱਲਾ ਜਿੰਨਾ ਕੰਮ ਪੂਰਾ ਹੋ ਜਾਵੇਗਾ। ਜਿੱਥੇ ਜਿੱਥੇ ਰਹਿੰਦਾ ਉੱਥੇ ਬਸ ਬੱਠਲ ਰਹਿੰਦੇ ਨੇ, ਬਾਕੀ ਤਾਂ ਮਾਸ਼ਾਅੱਲਾ ਹੋ ਗਿਆ ਸਾਰਾ ਕੰਮ। ਮਿੱਟੀ ਮੁਕੰਮਲ ਹੋ ਗਈ ਤਾਂ ਹੁਣ ਚਾਚੂ ਜੀ ਉਹ ਦੇਖ ਲੈਣਾ ਕਿਧਰੇ ਕਈ ਰਹਿੰਦਾ ਅਤੇ ਇੱਕ ਡੇਟ ਬੱਠਲ ਜਿੰਨਾ ਹੋਰ ਲਾ ਦੇਵਣਗੇ। ਸਮੇਂ ਜਿੰਨਾ ਕਾਫੀ ਅੱਛਾ ਬਣਿਆ ਹੋਇਆ, ਹਵਾ ਜਿੰਨਾ ਗੁੱਲੀ ਹੋਈ ਅਤੇ ਬੱਦਲ ਵਗੈਰਾ ਜਿੰਨਾ ਜ਼ਿਆਦਾ ਨਹੀਂ ਬਣੇ ਹੋਏ, ਥੋੜ੍ਹੇ ਥੋੜ੍ਹੇ ਬਣੇ ਹੋਏ। ਹਾਂਜੀ, ਤਾਂ ਹੁਣ ਜਿੰਨਾ ਚਾਚੂ ਮਿਸਤਰੀ ਹੋਈ ਢਲਾਨ ਬਣਾਉਣ ਇਸ ਤਰਫ ਤੱਕ ਪਾਣੀ ਜਿੰਨਾ ਇਸ ਤਰਫ ਸੜਕ ਲੈ ਲਵੇ, ਅਤੇ ਹੁਣ ਲਾਉਣ ਜਿੰਨਾ ਕਈ ਉੱਤੇ ਜ਼ੇਬ ਲਈ ਲੈ ਕੇ ਆ ਰਿਹਾ। ਹਾਂਜੀ, ਇਸ ਤਰਫ ਕਰਕੇ ਜਿੰਨਾ ਢਲਾਨ ਬਣਾਉਣ ਤਾਂ ਕਿ ਪਾਣੀ ਜਿੰਨਾ ਇੱਧਰ ਲਵੇ, ਕੱਲ੍ਹ ਨੂੰ ਅਗਰ ਇਸ ਸਾਈਡ 'ਤੇ ਜਿੰਨਾ ਘਰ ਬਣਾਉਂਦੇ ਨੇ ਤਾਂ ਫਿਰ ਜਿੰਨਾ ਇਹਦੇ ਕਾਫੀ ਮੁਸ਼ਕਿਲ ਹੋਣੀ, ਅਤੇ ਇਸ ਵਜ੍ਹਾ ਤੋਂ ਹੁਣੇ ਲਾਉਣ ਜਿੰਨਾ ਸੜਕ ਲਈ ਪਾਣੀ ਕੱਢ ਰਿਹਾ, ਅਤੇ ਚਾਚੂ ਜੀ ਖੁਦ ਜਿੰਨਾ ਲੈਵਲ ਵਗੈਰਾ ਕਰਕੇ ਅਤੇ ਇਸ ਤਰਫ ਜਿੰਨਾ ਰੱਖਣਾ, ਮੈਂ ਕਹਿ ਦਿੱਤਾ ਕਿ ਸੁਰਾਖ ਜਿੰਨਾ ਕਿਸ ਤਰਫ ਰੱਖਣਾ ਪਾਣੀ ਵਾਲਾ, ਇਸ ਤਰਫ ਜਿੰਨਾ ਸੜਕ ਦੀ ਤਰਫ ਰੱਖਣਾ। ਔਰ ਇੱਥੋਂ ਦਾ ਮਾਸ਼ਾਅੱਲਾ ਜਿੰਨਾ ਕਚਰਾ ਵਗੈਰਾ ਸਾਰਾ ਕੁਝ ਜਿੰਨਾ ਚੁੱਕ ਲਿਆ ਗਿਆ, ਅਤੇ ਇੱਥੋਂ ਜਿੰਨਾ ਥੋੜ੍ਹੀ ਜਿਹੀ ਮਿੱਟੀ ਰਹਿ ਗਈ ਇਹ ਜਿੰਨਾ ਬਾਹਰ ਸਿੱਟ ਦੇਵਾਂਗੇ, ਅਤੇ ਬਾਕੀ ਜਿੰਨਾ ਇੱਥੋਂ ਹੀ ਜਿੰਨਾ ਹਾਂ ਮਾਸ਼ਾਅੱਲਾ ਸਾਫ਼ ਹੋ ਗਿਆ ਇਨਸ਼ਾਅੱਲਾ ਜਿੰਨਾ ਇਹ ਮਿੱਟੀ ਵੀ ਜਿਹੜੀ ਨੇ ਉੱਤੇ ਲੱਗ ਜਾਣੀ ਹੈ ਸੀ, ਇੱਕ ਵੀ ਪੂਰੀ ਹੋ ਗਈ ਉੱਤੇ ਬਨੇਲਾ ਜਿੱਥੇ ਬਾਣੀ। ਹਾਂਜੀ, ਤੋਂ ਬਾਅਦ ਜਿਹੜਾ ਨਾ ਜਿੱਥੇ ਤੋਰ ਟਿੱਬਾ ਰਵਾਜੂ ਦੇ ਤੂੰ ਇੱਕੋ ਜਿਹੀ ਕਰਦੇ ਪਏ ਉੱਤੇ ਲਾ ਦੇਵਾਂਗੇ। ਹਾਂਜੀ, ਜਿਹੜੀ ਨੇ ਉੱਥੇ ਲਾ ਦੇਵਾਂਗੇ, ਬਾਕੀ ਜਿਹੜਾ ਮੇਰਾ ਵੀ ਮਾਸ਼ਾਅੱਲਾ ਜਿੰਨਾ ਸਾਫ਼ ਹੋ ਗਿਆ, ਇੱਥੇ ਜਿਹੜਾ ਕਚਰਾ ਸੀ ਉਹ ਹੀ ਸਾਫ਼ ਮਾਰ ਕੇ ਸਾਫ਼ ਸੁਥਰਾ ਕਰਕੇ ਨਾ ਕਿਆ ਉੱਤੋਂ ਇੱਕੋ ਜਿਹਾ ਕਰਕੇ ਦੇ ਦੇਣਾ, ਆਹ ਬਾਰੀ ਬਣਾ ਦੇਣੀ ਉਹ ਬਾਰੀ ਬਣਾ ਦੇਣੀ। ਹਾਂਜੀ, ਫਿਰ ਇਹਦੇ ਕੁਰਾਨੇ ਮਜੀਦ ਵਗੈਰਾ ਰੱਖੇ ਜਾਣੇ ਨੇ ਵਿੱਚ ਹੀ, ਉਹਦੇ ਵਿੱਚ ਕੁਰਾਨੇ ਮਜੀਦ ਰੱਖੀ ਸੀ ਤੇ ਜਿਹੜਾ ਦਾ ਵਿੰਡੋ ਲੱਗ ਗਿਆ। ਹਾਂਜੀ ਹਾਂਜੀ, ਤੇ ਬਾਕੀ ਜਿਹੜਾ ਅੱਲਾ ਕਰ ਸੀ ਸਾਰਾ ਜਿਹੜਾ ਨਾਲ ਨਾਲ ਹੋ ਗਿਆ ਸੀ ਛੱਤ ਦੇ ਲਾ ਕੇ ਛੱਤ, ਐ ਸ਼ੁਕਰ ਜਿੰਨਾ ਛੱਤ ਪੈ ਗਈ ਅਬੂ ਜੀ। ਹਾਂਜੀ ਬਿਲਕੁਲ ਜੀ, ਹੁਣ ਬਾਦਸ਼ਾਹ ਦਾ ਜਿਹੜਾ ਨਾ ਕੋਈ ਖਤਰਾ। ਹਾਂਜੀ, ਤੇ ਅੰਨੀ ਜਿਹੜੀ ਨਾ ਬਿਲਕੁਲ ਜਿਹੜਾ ਨਾ ਅੰਨਾ ਜਿਹੜਾ ਨਾ ਬਜਰੀ ਸੀਮੇਂਟ ਇੰਨਾ ਜਿਹੜਾ ਨਾ ਪਲਸਤਰ ਜਿਹੜਾ, ਹਾਂ ਇੰਨਾ ਆ ਜਾਵੇਗਾ ਇਹਨਾਂ ਬਜਣਾ ਜਿਹੜਾ ਨਾ। ਹਾਂਜੀ, ਇਹਨਾਂ ਫਿਰ ਡੂੰਘਾ ਕਰਨਾ ਪੈਣਾ ਸੀ, ਰੋੜੀ ਵੀ ਆਣੀ ਉੱਤੇ ਜਿੰਨਾ ਬਜਰੀ ਪਲਸਤਰ ਬਜਰੀ ਸੀਮਿੰਟ ਵਗੈਰਾ ਹੀ ਆਣਾ। ਹਾਂ ਇਹ ਲਾਈ ਜਿੰਨਾ ਇੰਨਾ ਹੀ ਚਾਹਵਾਂਗੇ, ਮਿੱਟੀ ਵਗੈਰਾ ਜਿੰਨਾ ਕੱਢਣਗੇ, ਇੱਕ ਹੋਰ ਕਈ ਜਿੰਨਾ ਲੈ ਕੇ ਜਾ ਰਿਹਾ ਆਪ ਜਲਦੀ ਹੋ ਜਾਂਦੀ ਹੈ। ਉੱਤੇ ਪਾਣੀ ਛਿੜਕਣਾ, ਹਾਂ ਪਾਣੀ ਛਿੜਕਣਾ, ਚਲੋ ਠੀਕ ਹੈ, ਛੱਤ ਤੇ ਜਿਹੜਾ ਪਾਣੀ ਛਿੜਕਣਗੇ ਇੱਕੋ ਜਿਹੀ ਕਰਕੇ ਨਾ, ਉਸ ਤੋਂ ਬਾਅਦ ਪਾਣੀ ਥੋੜ੍ਹਾ ਬਹੁਤ ਛਿੜਕਣਾ, ਚਲੋ ਠੀਕ। ਔਰ ਇੱਥੇ ਜਿੰਨਾ ਕੂਲਰ ਉਦੋਂ ਲੈ ਕੇ ਆਇਆ, ਬਲਕਿ ਕੱਲ੍ਹ ਹੀ ਲਾਇਆ ਕਿ ਆਇਆ ਸੀ, ਮੈਂ ਕਿਹਾ ਉਦੋਂ ਲੈ ਕੇ ਆਇਆ। ਪਾਣੀ ਪੀਵਣ ਨੂੰ ਜਿਹੜਾ ਲੱਗਾ, ਹਾਂਜੀ ਸਾਰੇ ਮੋਲ ਪੀਤੀ ਰੱਖੇ ਨੇ, ਠੰਡਾ ਪਾਣੀ ਨਹੀਂ ਬਣ ਪਾਉਂਦਾ। ਚਾਚੂ ਹੋਰਾਂ ਨੇ ਪੰਪ ਜਿੰਨਾ ਚਲਾ ਦਿੱਤਾ, ਅਤੇ ਇੱਧਰ ਮਾਸ਼ਾਅੱਲਾ ਜਿੰਨਾ ਪਾਣੀ ਆਉਣਾ ਸ਼ੁਰੂ ਹੋ ਗਿਆ। ਹਾਂ ਪਾਣੀ ਮਾਸ਼ਾਅੱਲਾ ਅੱਛਾ ਹੁੰਦਾ, ਥੋੜ੍ਹੀ ਬਣੇ ਰਿਹਾ।
ਹਾਂ ਵਾ ਚੱਲੀ ਰੇਤ ਨੂੰ ਹੋਰ ਤਰੋਕਾ ਲੱਗ ਗਿਆ ਸਿਰੇ, ਜ਼ਾਇਆ ਨਹੀਂ ਜਾਂਦੀ। ਪੈਟਰੋਲ ਵਿੱਚ ਹੋਵੇਗਾ ਰਹਿੰਦੋ ਹਾਂਜੀ ਚਾਚੂ। ਜਿੰਨਾ ਰੇਤ ਵਗੈਰਾ ਜਿੰਨਾ ਪਾਣੀ ਛਿੜਾ ਕਰਨ ਤਾਂ ਕਿ ਆਵਾ ਚੱਲੀ ਹੋਈ ਰੇਤ ਉੱਡੇ ਵਗੈਰਾ ਨਾਲ। ਚਾਚੂ ਜੀ ਮੱਝਾਂ ਲੈ ਕੇ ਜਿੰਨਾ ਆ ਰਹੇ ਨੇ, ਹਾਂ ਪਾਣੀ ਜਿੰਨਾ ਜ਼ਿਆਦਾ ਸੁੱਟਿਆ ਤਾਂ ਕਿ ਰੇਤ ਜਿੰਨਾ ਖੁਸ਼ਕ ਨਾ ਹੋਵੇ, ਇਵੇਂ ਜਿੰਨਾ ਗਿੱਲੇ ਹੀ ਰਹੇ। ਹਾਂ ਠੀਕ ਹੈ ਥੱਲੋ। ਅੱਛਾ ਉਹ ਨਹੀਂ ਲਾਉਣੇ, ਚਲੋ ਠੀਕ ਹੈ। ਚਾਚੂ ਔਰ ਜਿੰਨਾ ਮਿਸਾਲਾਂ ਹੁਣ ਬਣਾਉਣੇ ਸ਼ੁਰੂ ਕਰੋ ਨੇ, ਤੇ ਇਨਸ਼ਾਲਾ ਹੁਣ ਜਿੰਨਾ ਸੁਬਹ ਹੀ ਤੁਹਾਨੂੰ ਜਿੰਨਾ ਦੱਸਾਂਗੇ ਕੰਮ ਵਗੈਰਾ ਜਿੰਨਾ ਕਿੰਨਾ ਹੋ ਗਿਆ, ਮੋਬਾਈਲ ਦੀ ਬੈਟਰੀ ਲੋ ਹੋ ਗਈ, ਤੇ ਇਹ ਵਾਲਾ ਵਿਲਾਗ ਜਿੰਨਾ ਇੱਥੇ ਖਤਮ ਕਰਨੇ ਆ, ਬੈਨ ਬੁੱਕ ਲੈਣੇ ਇਜਾਜ਼ਤ ਖੁਦਾ ਤੇ ਇਨਸ਼ਾਲਾ ਹੁਣ ਸੁਬਹ ਜਿੰਨਾ ਛੁੱਟੀ ਨਾ ਕਰਿਆ ਠੀਕ ਹੈ ਨਾ। ਹਾਂ ਜੁਮੇ ਦੀ ਫਿਰ ਕਰਨੀ ਹੈ ਨਾ, ਅੱਜ ਤਾਂ ਮੰਗਾ ਲੈ ਬੁੱਧ ਦੀ ਛੁੱਟੀ ਕਰਦੇ।